2008 ਚ ਕਿਸੇ ਸਟਾਰ ਨੇ ਇਹ ਗੱਲ ਕਹੀ ਸੀ ਕਿ ਜਿਹੜੇ ਪਿੰਡਾਂ ਵਾਲੇ ਆ ਇਹ ਉੱਥੇ ਹੀ ਰਹਿ ਜਾਂਦੇ ਕਿਉਂਕਿ ਇਹਨਾਂ ਕੋਲੇ ਵਧੀਆ ਸਕੂਲਿੰਗ ਨਹੀਂ ਪਿੰਡਾਂ 'ਚ ਪੀਕ ਤੇ ਪਹੁੰਚਣਾ ਇਹਨਾਂ ਦੇ ਬਸ ਦੀ ਗੱਲ ਨਹੀਂ ਫਰੀਕਾ ਚੈੱਕ ਕਰ ਲਓ ਉਹੀ ਪਿੰਡਾਂ ਵਾਲੇ ਮੁੰਡੇ ਉਹੀ ਪਿੰਡਾਂ ਦੇ ਸਕੂਲਾਂ 'ਚ ਪੜ੍ਹੇ ਅੱਜਕੱਲ ਸਾਰੀ ਦੁਨੀਆ ਅੱਗੇ ਲੈ ਆਈ ਵਰਦੇ ਆ ਉਹਨਾਂ ਨੂੰ ਦਬਾਉਣਾ ਬਹੁਤ ਔਖਾ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਪੰਜਾਬੀ ਸਿੰਗਰ ਤੇ ਪੰਜਾਬ ਦੀਆਂ ਦੋ ਤਿੰਨ ਵੱਡੀਆਂ ਅਪਡੇਟਸ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਸ਼ੁਰੂਆਤ ਕਰਦੇ ਹਾਂ ਪੰਜਾਬੀ میوزਿਕ ਇੰਡਸਟਰੀ ਤੋਂ ਹੀ ਸਿੱਧੂ ਮਸੇਵਾਲਾ ਕਰਨ ਔਜਲਾ ਦਲਜੀਤ ਉਸਨ ਜਸਾ ਟਲੋ ਰਣਵੀਰ ਸਿੰਘ ਤੇ ਦੋਸਤੋ ਇੱਕ ਦੋ ਹੋਰਨਾ ਸਟਾਰਾਂ ਦਾ ਆਪਾ ਵਾਰੂ ਜ਼ਿਕਰ ਕਰਾਂਗੇ ਤੇ ਸ਼ੁਰੂਆਤ ਸਿੱਧੂ ਤੋਂ ਹੀ ਕਰਨਾ ਚਾਹਾਂਗੇ ਦੋ ਤਿੰਨ ਬੜੀਆਂ ਹੀ ਅਹਿਮ ਅਪਡੇਟਸ ਨੇ ਪਰਾਵਾਰੀ ਪਹਿਲੀ ਗੱਲ ਤਾਂ ਦੋਸਤੋ ਇਹੀ ਸੋਸ਼ਲ ਮੀਡੀਆ ਤੇ ਜੋ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜੋ ਮੂਸ ਟੇਪ ਦਾ ਟਲੈਕਸ ਵਰਸ ਆਉਣ ਵਾਲਾ ਹੈ ਕਨਫਰਮ ਤਾਂ ਦੋਸਤੋ ਹੈ ਦੇ ਵਿੱਚ ਆਵੇਗਾ ਇਸ ਗੱਲ ਨੇ ਦੋਸਤੋ سوشل ਮੀਡੀਆ ਤੇ ਥੋੜੀ ਜਹੀ ਹਲਚਲ ਕੀਤੀ ਹੈ ਕਨਫਰਮ ਡੇਟ ਨਹੀਂ ਹੈ ਦੋਸਤੋ ਕੁਝ ਫੈਨ ਪੇਜਾਂ ਨੇ ਹੀ ਦਾਅਵਾ ਕੀਤਾ ਹੈ ਤੇ ਦੂਸਰੀ ਬੜੀ ਹੀ ਅਹਿਮ ਗੱਲ ਸਿੱਧੂ ਮੂਸੇਵਾਲਾ ਦੀ ਪਹਿਲੀ ਫਿਲਮ ਜੋ ਦੋਸਤੋ ਸ਼ੂਟ ਹੋਈ ਸੀ ਯੈਸ ਆਈ ਐਮ ਸਟੂਡੈਂਟ ਰਿਲੀਜ਼ ਤਾਂ ਵੈਸੇ ਦੋਸਤੋ ਪਿਛਲੇ ਸਾਲ ਹੀ ਹੋ ਜਾਣੀ ਸੀ ਪਰ ਚਲੋ ਜੋ ਵੀ ਮਾਹੌਲ ਚੱਲ ਸੀ ਕੁਝ ਠੀਕ ਨਹੀਂ ਰਿਹਾ ਸਿਨੇਮਾ ਘਰ ਬੰਦ ਸਨ ਪਰ ਹੁਣ ਉਹ ਫਿਲਮ ਦੋਸਤੋ 22 ਅਕਤੂਬਰ ਨੂੰ ਆ ਰਹੀ ਹੈ ਜਿਸ ਦੀ ਕੀ ਜਾਣਕਾਰੀ ਇਸ ਫਿਲਮ ਦੇ ਡਾਇਰੈਕਟਰ ਸਾਹਿਬ ਨੇ ਦਿੱਤੀ ਹੈ ਤੇ ਇਸ ਦੀ ਸਟੋਰੀ ਫਿਲਹਾਲ ਵੀ ਦੋਸਤੋ ਸਿੱਧੂ ਮੂਸੇ ਨੇ ਐਲਬਮ ਰਿਲੀਜ਼ ਕੀਤੀ ਸੀ ਤਾਂ ਬਹੁਤ ਸਾਰੇ ਆਰਟਿਸਟਾਂ ਨੇ ਆਪਣੀਆਂ ਐਲਬਮਸ ਰੋਕ ਲਈਆਂ ਸਨ ਤਾਂ ਦੋਸਤੋ ਉਸੇ ਤਰ੍ਹਾਂ ਹੀ ਅਕਤੂਬਰ ਮਹੀਨੇ ਵਿੱਚ ਸਿੱਧੂ ਮੂਸੇਵਾਲੇ ਦੀਆਂ ਦੋ ਫਿਲਮਾਂ ਆ ਰਹੀਆਂ ਨੇ ਤੇ ਹੁਣ ਕੁਝ ਕੁ ਫੈਨ ਪੇਜ ਇਹ ਵੀ ਕਹਿ ਰਹੇ ਹਨ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਇਸੇ ਮਹੀਨੇ ਕੁਝ ਕੁ ਲੋਕਾਂ ਨੇ ਆਪਣੀਆਂ ਫਿਲਮਾਂ ਵੀ ਰੋਕ ਲੈਣੀਆਂ ਨੇ ਚਲੋ ਬਾਕੀ ਦੋਸਤੋ ਜੋ ਕੁਰੀ ਵੀ ਆ ਜਿਸ ਵਿੱਚ ਟੈਲੈਂਟ ਹੈ ਉਸਨੇ ਤਾਂ ਅੱਗੇ ਆ ਹੀ ਜਾਣਾ ਹੈ ਸਿੱਧੂ ਮੂਸੇਵਾਲੇ ਦੀ ਐਲਬਮ ਦਾ ਡੁਲੈਕਸ ਵਰਸ ਦੋ ਫਿਲਮਾਂ ਇਹ ਸਾਲ ਤਾਂ ਦੋਸਤੋ ਉਸਨੇ ਆਪਣੇ ਨਾਮ ਕੀਤਾ ਹੀ ਹੋਇਆ ਹੈ ਸਿੱਧੂ ਮੂਸੇਵਾਲਾ ਤੇ ਦੋਸਤੋ ਇਸ ਦਾ ਆ ਉਹੀ ਦੱਸਦੀ ਹੈ ਦਿਲਜੀਤ ਦਸਾਨ ਜੈਸਦੀ ਕੀ ਐਲਬਮ ਕੱਲ ਤੋਂ ਦੋਸਤੋ ਇੱਕ ਤਰ੍ਹਾਂ ਨਾਲ ਕਹਿ ਲਈਏ ਫੈਸਟੀਵਲ ਵੇ ਨਾਲ ਉਹ ਰਿਲੀਜ਼ ਹੋ ਰਹੀ ਹੈ ਕੱਲ ਨੂੰ ਰਿਲੀਜ਼ ਹੋਣੀ ਹੈ ਐਲਬਮ ਦੀ ਇੰਟਰੋ ਦਾ ਜੂਜ਼ਨ 1 ਜਿਸ ਦਾ ਕੀ ਉਸਨੇ ਪੋਸਟਰ ਵੀ ਸ਼ੇਅਰ ਕੀਤਾ ਹੈ ਚਰਚਾ ਦੋਸਤੋ ਕਾਫੀ ਜ਼ਿਆਦਾ ਹੈ ਫੈਨ ਉਮੀਦ ਲਗਾ ਰਹੇ ਹਨ ਕਿ ਜਿਵੇਂ ਗੁੱਡ ਐਲਬਮ ਬਿਲਬੋਰਡ ਚਾਰਟ ਤੇ ਟ੍ਰੈਂਡ ਕੀਤੀ ਸੀ ਉਸੇ ਤਰ੍ਹਾਂ ਹੀ ਮੂਨ ਚਾਈਲਡ 에ਰਾ ਵੀ ਅਲੱਗ ਹੀ ਛਾਪ ਛੱਡੇਗੀ ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਬਹੁਤ ਦੋਸਤੋ ਦਾਅਵੇ ਕੀਤੇ ਹਨ ਦਿਲਜੀਤ ਪ੍ਰਾਨ ਨੇ ਇਸ ਐਲਬਮ ਬਾਰੇ ਉਮੀਦ ਹੈ ਪਸੰਦ ਆਵੇਗੀ ਹੀ ਆਵੇਗੀ ਡਿਫਰੈਂਟ ਗੀਤਾ ਹੈ ਮੇ ਜੋ ਮਿਰਨਰ ਪਿਛਲੇ 8 ਮਹੀਨਿਆਂ ਤੋਂ ਜੋ ਕੁਝ ਹੋਇਆ ਸੋ ਦੋਸਤੋ ਜੋ ਇਸਨੇ ਇੱਕ ਗਾਣਾ गा ਕੇ ਸੁਣਾਇਆ ਸੀ ਉਸ ਤੋਂ ਤਾਂ ਇਹ ਵੀ ਲੱਗ ਰਿਹਾ ਹੈ ਕਿ ਇਹ ਐਲਬਮ ਹਿੱਟ ਰਹਿ ਸਕਦੀ ਹੈ ਜਿਵੇਂ ਕਿ ਰਹੀ ਸੀ ਗੋਟ ਐਲਬਮ ਜਾਂ ਜੋ ਜਿੰਨੀਆਂ ਵੀ ਹਲੇ ਤੱਕ ਇਸ ਭਰਾ ਦੀਆਂ ਐਲਬਮਸ ਆਈਆਂ ਨੇ ਇਸ ਰਿਲੇਟਡ ਹੀ ਟਵਿੱਟਰ ਤੇ ਵੀ ਦੋਸਤੋ ਵੈਸੇ ਦਿਲਜੀਤ ਦਸਾਂਜ ਦਾ ਤੁਹਾਨੂੰ ਰਿਕਾਰਡ ਦੱਸ ਦਈਏ 5 ਮਿਲੀਅਨ ਤੋਂ ਜ਼ਿਆਦਾ ਇਸ ਦੇ ਉੱਤੇ ਫੋਲੋਅਰਸ ਹਨ ਟਵਿੱਟਰ ਦੇ ਕੋਈ ਵੀ ਪੇਡ ਪ੍ਰੋਮੋਸ਼ਨ ਵਾਲਾ ਦੋਸਤੋ ਕੰਮ ਨਹੀਂ ਚੱਲਦਾ ਜਿਵੇਂ ਇੰਸਟਾਗ੍ਰam ਤੇ ਹੁੰਦਾ ਹੈ ਪਹਿਲਾ ਹੀ ਪੰਜਾਬੀ ਆਰਟਿਸਟ ਕਹਿ ਸਕਦੇ ਹਾਂ ਸਿੰਗਰ ਕਹਿ ਸਕਦੇ ਹਾਂ ਜਿਸ ਦੇ ਕੀ ਟਵ million ਤੋਂ زیادہ ਫੋਲੋਅਰਸ ਨੇ ਉੱਥੇ ਵੀ ਦੋਸਤੋ ਇਹ ਐਸਡੀ ਪ੍ਰੋਮੋਸ਼ਨ ਕਰ ਰਿਹਾ ਹੈ ਮੂਨ ਚਾਈਲਡ ਐਰਾ ਦੀ ਕੁਝ ਕੁ ਆਰਟਿਸਟਾਂ ਨਾਲ ਕਲੈਬ ਵੀ ਦੱਸੀ ਜਾ ਰਹੀ ਹੈ ਤੇ ਦੇਖਦੇ ਹਾਂ ਪਰ ਦੋਸਤੋ ਕਿ ਕੀ ਬਣਦਾ ਜੁੜਦਾ ਪਰ ਜੋ ਕੱਲ ਨੂੰ ਇੰਟਰੋ ਆ ਰਹੀ ਹੈ ਉਸ ਤੋਂ ਇੱਕ ਹਿੰਟ ਜ਼ਰੂਰ ਮਿਲ ਜਾਵੇਗਾ ਕਿ ਆਖਿਰ ਕਿਸ ਤਰ੍ਹਾਂ ਦੀ ਇਹ ਐਲਬਮ ਭਰਾ ਦੀ ਰਹਿਣ ਵਾਲੀ ਹੈ ਤੇ ਦੋਸਤੋ ਇੱਥੇ ਹੁਣ ਅਸੀਂ ਜ਼ਿਕਰ ਕਰਨਾ ਚਾਹੁੰਦੇ ਹਾਂ ਜੱਸਾ ਢਲੋਂ ਦਾ ਐਸਡੀ ਦੋਸਤੋ ਜੋ ਐਲਬਮ ਰਿਲੀਜ਼ ਹੋਈ ਸੀ ਟਾਲ ਜਾ ਟਲ ਜਾ ਗਣਾ ਵਰਲਡ ਵਾਈਡ ਹਿਟ ਰਿਹਾ ਸੀ ਬਹੁਤ ਸਾਰੇ ਆਰਟਿਸਟਾਂ ਨੇ ਉਸ ਦੀ ਸਪੋਰਟ ਕੀਤੀ ਸੀ ਤੇ ਦੋਸਤੋ ਇੱਥੇ ਮੁੱਦੇ ਦੀ ਗੱਲ ਇਹ ਹੈ ਕਿ ਪਹਿਲਾਂ ਵੀ ਉੱਠ ਟਲ ਗਿਆ ਟਲ ਗਿਆ ਗਾਣੇ ਨੂੰ ਸੁਣਦਾ ਦਿਖਾਈ ਦਿੱਤਾ ਸੀ ਮਤਲਬ ਹੁਣ ਤਾਂ ਉਸਨੇ ਇਸ ਗਾਣੇ ਤੇ ਰੀਲਸ ਕਹਿ ਲਓ ਸੂਰੀ ਕਹਿ ਲਓ ਉਹ ਵੀ ਬਣਾ ਕੇ ਪਾ ਦਿੱਤੀ ਹੈ ਜਿਸ ਵਿੱਚ ਉਹ ਆਪਣੀ ਗੱਡੀ ਵਿੱਚ ਟਲ ਗਿਆ ਟਲ ਗਿਆ ਗਾਣਾ ਚਲਾ ਰਿਹਾ ਹੈ ਜਸਾ ਢੱਲੋਂ ਨੇ ਵੀ ਬਾਅਦ ਵਿੱਚ ਦੋਸਤੋ ਇਸੇ ਹੀ ਸਟੋਰੀ ਨੂੰ ਸ਼ੇਅਰ ਕਰਦੇ ਹੋਏ ਉਸ ਭਰਾ ਦਾ ਧੰਨਵਾਦ ਕੀਤਾ ਸੋ ਦੋਸਤੋ ਵਾਕਈ ਟਲਜਾ ਟਲਜਾ ਗਾਣੇ ਨੇ ਅਲੱਗ ਹੀ ਪਹਿਚਾਣ ਬਣਾ ਦਿੱਤੀ ਹੈ ਜਸਾ ਢੱਲੋਂ ਦੀ ਹਾਲਾਂਕਿ ਦੋਸਤੋ ਹੁਰ ਵੀ ਜਸਾ ਢੱਲੋਂ ਦੇ ਬਹੁਤ ਸਾਰੇ ਗਾਣੇ ਆਏ ਹਨ ਸੁਪਰ ਡੂਪਰ ਹਿਟਰ ਰਹੇ ਹਨ ਪਰ ਇਸ ਗਾਣੇ ਦੀ ਤਾਂ ਵਾਈਬ ਹੀ ਕੁਝ ਅਲੱਗ ਹੈ ਜਿਵੇਂ ਦੋਸਤੋ ਸਿੱਧੂ ਮੂਸੇਵਾਲੇ ਦੇ ਸੂਹਾਈ ਗਾਣੇ ਦਾ ਮੁਕਾਬਲਾ ਨਹੀਂ ਹੋ ਸਕਦਾ ਉਦਾਂ ਹੀ ਜਸਾ ਢੱਲੋਂ ਦਾ ਵੀ ਟਲਜਾ ਟਲਜਾ ਗਾਣੇ ਦਾ ਫਿਲਹਾਲ ਤਾਂ ਕੋਈ ਮੁਕਾਬਲਾ ਕਿਸੇ ਨੂੰ ਵੀ ਨਹੀਂ ਲੱਭਿਆ ਤਿਰਨਵੀਰ ਸਿੰਘ ਵੱਲੋਂ ਕੀਤੀ ਸਪੋਰ ਮੂਸੇਵੈ ਦੇ ਗਾਣੇ ਵੀ ਸੁਣਦਾ ਹੁੰਦਾ ਸੀ ਹੋਰ ਵੀ ਕਈ ਆਰਟਿਸਟਾਂ ਦੇ ਗਾਣੇ ਸੁਣਦਾ ਹੈ ਤੇ ਇਹ ਵੀ ਜ਼ਾਹਿਰ ਹੁੰਦਾ ਹੈ ਕਿ ਪੰਜਾਬੀ 뮤직 ਇੰਡਸਟਰੀ ਨੂੰ ਇਹ ਲੋਕ ਨੈਕਸਟ ਲੈਵਲ ਤੇ ਲੈ ਜਾ ਰਹੇ ਹਨ ਬਾਲੀਵੁੱਡ ਹਾਲੀਵੁੱਡ ਵਾਲੇ ਲੋਕ ਪਸੰਦ ਕਰ ਰਹੇ ਹਨ ਉਹ ਸਪੋਰਟ ਕਰ ਰਹੇ ਹਨ ਤੇ ਦੋਸਤੋ ਤੁਸੀਂ ਇਸ ਗੱਲ ਨੂੰ ਕਿਦਾਂ ਦੇਖਦੇ ਹੋ ਆਪਣੇ ਵਿਚਾਰ ਤੁਸੀਂ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਜੱਸਾ ਟਿਲੋਂ ਵਕਹਿ ਹੀ ਸ਼ਾਇਦ ਤਾਂ ਦੋਸਤੋ ਐਸਨੇ ਵੀ ਪੰਜਾਬੀ 뮤직 ਇੰਡਸਟਰੀ ਵੀ ਛੱਡ ਦਿੰਦੀ ਹੈ ਤੇ ਦੋਸਤੋ ਇੱਥੇ ਹੁਣ ਅਸੀਂ ਜ਼ਿਕਰ ਕਰਨਾ ਚਾਹੁੰਦੇ ਹਾਂ ਸਿੱਪੀ ਦਾ ਵੈਸੇ ਦੋਸਤੋ ਇਹ ਗੱਲ ਤਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਇਸ ਦਾ ਸਿੱਧ ਇਕੱਠੇ ਹੋਏ ਸਨ ਉਹਨਾਂ ਗੱਲਾਂ ਦਾ ਦੋਸਤੋ ਇੱਥੇ ਹੁਣ ਅਸੀਂ ਵਾਰ-ਵਾਰ ਜ਼ਿਕਰ ਨਹੀਂ ਕਰਾਂਗੇ ਪਰ ਇਸ ਦੀ ਦੋਸਤੋ ਐਲਬਮ ਆ ਰਹੀ ਹੈ ਤੇ ਜੈਸਨੂ ਹੀ ਸ਼ੇਅਰ ਕਰਦੇ ਹੋਏ ਉਸਨੇ ਕੁਝ ਅਜੀਬ ਸ਼ਬਦ ਲਿਖੇ ਜਿਨ੍ਹਾਂ ਤੋਂ ਇਹ ਲੱਗ ਰਿਹਾ ਸੀ ਕਿ ਇਹ ਆਪਣੇ ਕੁਝ ਕੁ ਵਿਰੋਧੀ ਆਰਟਿਸਟਾਂ ਨੂੰ ਟਾਰਗੇਟ ਕਰ ਰਿਹਾ ਸੀ ਕੁਝ ਕੁ ਲੋਕਾਂ ਨੇ ਦੋਸਤੋ ਸਿੱਧੂ ਨਾਲ ਜੁੜਿਆ ਕੁਝ ਕੁ ਲੋਕਾਂ ਨੇ ਕਰਨ ਔਜਲੇ ਨਾਲ ਕਿਸੇ ਨੇ ਕਿਸੇ ਨਾਲ ਮਤਲਬ ਵਿਵਾਦ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਵਿਵਾਦ ਦੋਸਤੋ ਹੋਇਆ ਵੀ ਹੈ ਕਿਉਂਕਿ ਦੋਸਤੋ ਤੁਸੀਂ ਕੈਪਸ਼ਨ ਦੇਖੋ ਇਸਨੇ ਕਿਦਾਂ ਦਾ ਲਿਖਿਆ ਹੈ ਚਲੋ ਉੱਪਰ ਦਾ ਐਲਾਨ ਕੀਤਾ ਸੀ ਕਿ ਇਹ ਕੁਝ ਹੋਇਆ ਉਗੜ ਹੋਇਆ ਅਲਬਮ ਨੂੰ 9 ਸਾਲਾਂ ਤੋਂ ਉਮਰ ਦੀ ਦੇਖ ਕੇ ਇਦਾਂ ਉਹਦਾ ਰਫਲਾਂ ਗੰਨਗਲਚ ਲਈ ਮਤਲਬ ਇੱਕ ਤਰ੍ਹਾਂ ਨਾਲ ਤੇ ਹੇਠਾਂ ਦੇਖੋ ਕੋਈ ਵੀ ਪੇੜ ਦਿਸੇ ਤਾਂ ਅੱਗੇ ਹੱਕ ਦਿਓ ਕਮੈਂਟਾਂ ਵਿੱਚ ਆ ਸਕਦੀਆਂ ਆਦਿਤੀ ਆ ਇਹਨਾਂ ਨੂੰ ਸੋ ਦੋਸਤੋ ਤੁਸੀਂ ਇਸ ਗੱਲ ਨੂੰ ਕਿੱਦਾਂ ਦੇਖਦੇ ਹੋ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਬਰਬਾਦ ਕ੍ਰੀਏਟ ਹੋਇਆ ਹੈ ਸਿੱਪੀ ਗੱਲ ਨੂੰ ਬਹੁਤ ਸਾਰੇ ਲੋਕ ਬੁਰਾ ਭਲਾ ਵੀ ਬੋਲਣ ਲੱਗੇ ਕੁਝ ਕੁ ਲੋਕਾਂ ਨੇ ਸਪੋਰਟ ਵੀ ਕੀਤੀ ਤੇ ਰਹੀ ਗੱਲ ਤਾਂ ਐਲਬਮ ਦੀ ਉਹ ਤਾਂ ਆ ਹੀ ਜਾਣੀ ਹੈ ਅਫੀਸ਼ੀਅਲ ਡਿਡ ਵੀ ਬਹੁਤ ਜਲਦੀ ਹੀ ਅਨਾਉਂਸ ਕਰ ਦੇਵੇਗਾ ਪਹਿਲਾ ਗਾਣਾ ਆਉਣਾ ਹੈ ਫਿਲਹਾਲ ਤਾਂ ਪਰ ਕੈਪਸ਼ਨ ਨੂੰ ਤਾਂ ਦੋਸਤੋ ਥੋੜਾ ਜਿੰਨਾ ਵੀ ਆਰਟਿਸਟਾਂ ਨਾਲ ਵਿਵਾਦ ਨੇ ਤੇ ਦੋਸਤੋ ਤੁਸੀਂ ਇਸ ਵਿੱਚ ਇਹ ਵੀ ਦੇਖਿਓ ਇਸ ਨੇ ਆਪਣੀ ਐਲਬਮ ਦੀ ਇੰਟਰੋ ਵਿੱਚ ਇਹ ਵੀ ਕਿਹਾ ਸੀ ਕਿ ਮੈਂ ਕਦੇ ਇੰਟਰਵਿਊ ਵਿੱਚ ਬੈਠ ਕੇ ਰੋਇਆ ਨਹੀਂ ਇਦਾਂ ਨਹੀਂ ਕੀਤਾ ਉਹਦਾਂ ਨਹੀਂ ਕੀਤਾ ਸੋ ਦੋਸਤੋ ਇਹ ਗੱਲਾਂ ਵੀ ਹੁਣ ਜੋ ਟੌਪ ਦੇ ਆਰਟਿਸਟ ਹਨ ਉਹਨਾਂ ਨਾਲ ਜੁੜਿਆ ਗਿਆ ਹੈ ਅਸੀਂ ਦੋਸਤੋ ਡਾਇਰੈਕਟ ਵੇ ਨਾਲ ਜ਼ਿਕਰ ਨਹੀਂ ਕਰਾਂਗੇ ਤੁਸੀਂ ਸਾਰੀ ਗੱਲ ਸਮਝਦੇ ਹੀ ਹੋ ਸਿੱਪੀ ਗੱਲ ਦਾ ਇਹ ਵਿਵਾਦ ਹੁਣ ਇੱਕ ਨਵਾਂ ਮੋੜ ਲੈਂਦਾ ਜਾਪਦਾ ਹੈ ਤੁਸੀਂ ਇਸ ਗੱਲ ਨੂੰ ਕਿਵੇਂ ਦੇਖਦੇ ਹੋ ਤੁਹਾਡੇ ਕੀ ਵਿਚਾਰ ਨੇ ਆਪਣੇ ਵਿਚਾਰ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਤੇ ਦੋਸਤੋ ਐਲਬਮ ਦਾ ਜਿਵੇਂ ਪੰਜਾਬੀ میوزਿਕ ਇੰਡਸਟਰੀ ਵਿੱਚ ਜਿਹੜਾ ਟਰੈਂਡ ਚੱਲ ਰਿਹਾ ਹੈ ਕਰਨ ਔਜਲਾ ਪਰ ਆ ਵੀ ਬਸ ਸੀਤੀ ਹੀ ਕਹਿ ਰਿਹਾ ਹੈ ਕਿ ਕਰਦੇ ਹਾਂ ਕੋਈ ਹੱਲ ਆਫੀਸ਼ੀਅਲ ਡੇਟ ਦੱਸਦੇ ਹਾਂ ਫਿਰ ਇਹਨਾਂ ਨੂੰ ਪਰ ਦੱਸ ਕਿਉਂ ਨਹੀਂ ਰਿਹਾ ਬਸ ਇਸ ਦੀ ਹੀ ਜ਼ਿਆਦਾ ਚਰਚਾ ਹੈ ਚਲੋ ਇਸੇ ਵਿੱਚ ਨਹੀਂ ਐਲਬਮ ਦਾ ਦਾਅਵਾ ਤਾਂ ਹੋਇਆ ਹੈ ਤੇ ਦੋਸਤੋ ਸਨੀ ਮਲਟਨ ਉਹ ਇੱਕ ਮਾਮਲੇ ਵਿੱਚ ਜੋ ਸਿੱਧੂ ਕਰਨ ਔਜਲਾ ਆਰ ਪੈਸਲੇ ਦਾ ਸੀ ਉਸ ਵਿੱਚ ਘੜ ਆਇਆ ਹੈ ਇਦਾਂ ਦੀ ਦੋਸਤੋ ਉਸ ਦੀ ਲੇਟੈਸਟ ਪੋਸਟ ਦੱਸਦੀ ਹੈ ਆਰ ਪੈਸਲੇ ਬਾਰੇ ਦੋਸਤੋ ਅਸੀਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ ਕਿ ਕਿਵੇਂ ਉਹ ਸਿੱਧੂ ਮੂਸੇਵਾਲੇ ਤੋਂ ਅਲੱਗ ਹੋ ਕੇ ਕਰਨ ਔਜਲੇ ਨਾਲ ਜਾ ਮੜਿਆ ਹੈ ਜੀ ਸ਼ਿਟ ਗਾਣੇ ਵਿੱਚ ਉਸ ਦੀ ਫੀਚਰਿੰਗ ਸੀ ਸਿੱਧੂ ਨੇ ਨਹੀਂ ਸੀ ਇਸ ਬਾਰੇ ਕੋਈ ਵੀ ਅਫੀਸ਼ੀਅਲ ਜਾਣਕਾਰੀ ਸਾਹਮਣੇ ਨਹੀਂ ਸੀ ਆਈ ਚਲੋ ਦੋਸਤੋ ਉਹ ਗੱਲ ਇੱਕ ਸਾਇਰ ਤੇ ਰਹਗੀ ਪਰ ਫਿਲਹਾਲ ਏਆਰ ਪੈਸਲੇ ਦੀ ਹੀ ਇੱਕ ਸਟੋਰੀ ਜਿਸ ਵਿੱਚ ਵੀ ਦੋਸਤੋ ਉਸਨੇ ਕੁਝ ਇੱਕ ਅਫਰੀਕੀਅਨ ਲੋਕਾਂ ਦੀ ਮਦਦ ਕੀਤੀ ਹੈ ਉਸ ਨੂੰ ਸਨੀ ਮਲਟਨ ਨੇ ਸ਼ੇਅਰ ਕੀਤਾ ਹੈ ਸੋ ਦੋਸਤੋ ਕੁਝ ਇੱਕ ਫੈਨ ਪੇਜ ਨੇ ਇਹ ਜੋੜ ਕੇ ਦਿਖਾਇਆ ਕਿ ਇਹ ਏਆਰ ਪੈਸਲੇ ਦੀ ਸਪੋਰਟ ਕਰ ਰਿਹਾ ਹੈ ਵੈਸੇ ਵੀ ਸਾਨੂੰ ਨਹੀਂ ਲੱਗਦਾ ਦੋਸਤੋ ਪੰਜਾਬੀ میوزਿਕ ਇੰਡਸਟਰੀ ਕੰਮ ਵਾਲਾ ਮੁੱਦਾ ਅਲੱਗ ਰਹਿ ਗਿਆ ਪਰ ਇੱਥੇ ਸਮਾਜ ਸੇਵਾ ਦੀ ਗੱਲ ਹੋ ਰਹੀ ਸੀ ਤੇ ਸਨੀ ਮਲਟਨ ਦਾ ਵੀ ਦੋਸਤ ਇੱਕ ਗਾਣਾ ਰਿਲੀਜ਼ ਹੋਇਆ ਹੈ ਇਸਦੇ ਖੁਦ ਦੇ ਗਾਣੇ ਨਹੀਂ ਆ ਰਹੇ ਪ ਸੀ ਕਿ ਆਪਾਂ ਹਫਤੇ 10 ਦਿਨਾਂ ਬਾਅਦ ਗਾਣਾ ਰਿਲੀਜ਼ ਕਰਦੇ ਆ ਕਰਨਾ ਪੰਜਾਬੀ 뮤직 ਇੰਡਸਟਰੀ ਤੇ ਹੀ ਆਧਾਰਿਤ ਪੰਜਾਬੀ ਤੇ ਹੀ ਆਧਾਰਿਤ ਵੈਸੇ ਦੋਸਤੋ ਤੁਸੀਂ ਦੇਖਿਆ ਹੈ ਸਿੱਧੂ ਮੂਸੇਵਾਲਾ ਤੋਂ ਅਲੱਗ ਹੋ ਕੇ ਸ਼ਾਇਦ ਤਿੰਨੋਂ ਹੀ ਖੁਸ਼ ਨਹੀਂ ਹਨ ਸਿੱਧੂ ਮੂਸੇਵਾਲਾ ਵੀ ਬਿਗਵੜ ਵੀ ਤੇ ਸਨੀ ਮਲਟਨ ਵੀ ਚਲੋ ਆਪੋ ਆਪਣਾ ਇਹਨਾਂ ਦਾ ਸਾਰਿਆਂ ਦਾ ਕੰਮ ਵਧੀਆ ਚੱਲੀ ਜਾ ਰਿਹਾ ਹੈ ਤੇ ਸਿੱਧੂ ਦੇ ਬਿਗਵੜ ਦੀ ਗੱਲ ਰਹੀ ਦੋਨਾਂ ਨੂੰ ਹੀ ਲੋਕ ਦੋਸਤੋ ਇਹ ਕਹਿ ਦਿੰਦੇ ਹਨ ਜਦੋਂ ਸਿੱਧੂ ਮੂਸੇਵਾਲਾ ਦਾ ਕੋਈ ਪ੍ਰੋਜੈਕਟ ਆਉਂਦਾ ਹੈ ਕਿ ਬਿਗਵੜ ਦੇ 뮤직 ਦੀ ਕਮੀ ਹੈ ਇੱਕ ਵਾਰੀ ਹੋ ਸਨੀ ਮਲਟਨ ਦੇ ਰੈਪ ਦੀ ਕਮੀ ਹੈ ਜੇਕਰ ਤੁਸੀਂ ਸੁਹਰੇ ਹੀ ਹਨ ਸਨੀ ਮਲਟਨ ਦਾ ਕੋਈ ਗਾਣਾ ਰੈਪ ਕੁਝ ਵੀ ਆਉਂਦਾ ਹੈ ਤਾਂ ਉਹ ਸਿੱਧੂ ਮਸੇਵਾਲਾ ਦਾ ਬਿਗਵੜ ਹੋਣਾ ਕਰਕੇ ਹੀ ਸੀ ਇਹ ਦੋਸਤੋ ਇਹਨਾਂ ਨੂੰ ਗੱਲਾਂ ਕਹਿ ਦਿੱਤੀਆਂ ਜਾਂਦੀਆਂ ਨੇ ਪਰ ਦੋਸਤੋ ਅਸਲ ਸਜਾਈ ਇਹ ਹੈ ਕਿ ਹੁਣ ਕਦੇ ਇਹ ਤਿੰਨੋਂ ਇਕੱਠੇ ਨਹੀਂ ਹੋ ਸਕਦੇ ਜੋ ਕੁਝ ਵੀ ਹੋਇਆ ਪਾਸਟ ਵਿੱਚ ਸਨੀ ਮਲਟਨ ਨੇ ਤਾਂ ਚਲੋ ਮਾਫੀ ਮੰਗ ਲਈ ਸਿੱਧੂ ਨੇ ਮਾਫੀ ਕਰ ਦਿੱਤਾ ਪਰ ਬਿਗਵੜ ਦੋਸਤੋ ਉਹ ਨਹੀਂ ਲੱਗਦਾ ਕਿ ਕਦੇ ਉਹ ਇਸ ਰਿਲੇਸ਼ਨ ਨੂੰ ਬਚਾ ਸਕੇਗਾ ਚਲੋ ਜੋ ਕੁਝ ਵੀ ਆ ਪੰਜਾਬੀ میوزਿਕ ਇੰਡਸਟਰੀ ਦੀ ਇੱਕ ਬੈਸਟ ਟੀਮ ਜਿਸ ਨੇ ਕੀ ਪੂਰਾ ਦਬਦਬਾ ਬਣਾਇਆ ਹੋਇਆ ਸੀ ਉਹ ਅਲੱਗ ਹੋ ਚੁੱਕੀ ਹੈ ਤੁਸੀਂ ਵੀ ਇਸ ਬਾਰੇ ਦੋਸਤੋ ਆਪਣੇ ਵਿਚਾਰ ਜ਼ਰੂਰ ਦੱਸਿਓ ਤੇ ਦੋਸਤੋ ਇੱਕ ਨਿੱਕੀ ਜਿਹੀ ਰਿਕਵੈਸਟ ਏਬੀਸੀ ਪੰਜਾਬੀ ਪੌਂਟਰ ਲਾਈਵ ਦੇ ਦੱਸਦਾ ਕਿ ਲਿੰਕ ਡਿਸਕ੍ਰਿਪਸ਼ਨ ਵਿੱਚ ਹੈ ਉਸਦੇ ਸੀ ਗੇਮਿੰਗ ਰੈਕਸ਼ਨ ਦੇ ਬਲੌਗ ਵਾਲੀਆਂ ਵੀਡੀਓ ਲੈ ਕੇ ਆ ਰਹੇ ਹਾਂ ਜੇ ਹੋ ਸਕੇ ਤਾਂ ਉਸ ਚੈਨਲ ਨੂੰ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ